ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰਪੁਰੇ ਰਹਿੰਦੇ ਹੋਏ ਬਾਬਾ ਜੀ ਦੀ ਹਾਜ਼ਰੀ ਵਿੱਚ ਕਲੇਰਾਂ ਪਿੰਡ ਤੋਂ ਵੀ ਸੰਗਤ ਆਉਂਦੀ ਰਹੀ। ਇੱਕ ਦਿਨ ਕਲੇਰਾਂ ਦੀ ਸੰਗਤ ਨੇ ਰਤਨ ਸਿੰਘ ਦੀ ਅਗਵਾਈ ਹੇਠ ਮਿਲ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਇਹ ਸਥਾਨ ਕੁਝ ਆਪ ਜੀ ਦੇ ਲਾਇਕ ਦਾ ਨਹੀਂ ਹੈ। ਸੰਗਤ ਵੀ ਡਰਦੀ ਹੈ, ਕਿਰਪਾ ਕਰੋ ਤੇ ਸਾਡੇ ਪਿੰਡ ਕਲੇਰਾਂ ਤੇ ਮਿਹਰ ਕਰੋ। ਬਾਬਾ ਜੀ ਨੇ ਬੇਨਤੀ ਮੰਨ ਕੇ ਤਿਆਰੀ ਕਰ ਲਈ ਤੇ ਉੱਥੇ ਪੁੱਜਣ ਤੇ ਹਜ਼ੂਰ ਦੀ ਸੇਵਾ ਵਿੱਚ ਸੰਗਤ ਨੇ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ, ਹੁਕਮ ਕਰੋ ਕਿਹੜੀ ਜਗ੍ਹਾ ਪਸੰਦ ਹੈ। ਬਾਬਾ ਜੀ ਨੇ ਇਸ਼ਾਰਾ ਕੀਤਾ। ਸੰਗਤ ਆਪ ਜੀ ਦੇ ਪਿੱਛੇ ਚੱਲਦੀ ਚੱਲਦੀ ਕੌਂਕਿਆਂ ਤੇ ਕਲੇਰਾਂ ਵਿਚਾਲੇ ਪਹੁੰਚ ਗਈ। ਇੱਕ ਖੂਹੀ ਕੋਲ ਬਾਬਾ ਜੀ ਖੜੋ ਗਏ ਤੇ ਰਤਨ ਸਿੰਘ ਨੂੰ ਹੁਕਮ ਕੀਤਾ, ਦੇਖੋ ਪਾਣੀ ਕੈਸਾ ਹੈ। ਰਤਨ ਸਿੰਘ ਨੇ ਖੂਹ ਦਾ ਪਾਣੀ ਚੱਖਿਆ ਤੇ ਬੇਨਤੀ ਕੀਤੀ, ਹਜ਼ੂਰ ਕੌੜਾ ਹੈ। ਬਾਬਾ ਜੀ ਨੇ ਫਰਮਾਇਆ, ਲਿਆਓ ਸਾਨੂੰ ਦਿਖਾਓ। ਹਜ਼ੂਰ ਦੇ ਪਵਿੱਤਰ ਹੱਥਾਂ ਤੇ ਜਲ ਪਾਇਆ। ਬਾਬਾ ਜੀ ਨੇ ਚੱਕ ਕੇ ਫਰਮਾਇਆ, ਇਹ ਤਾਂ ਸਵਾਦ ਹੈ, ਸਤ ਬਚਨ ਜੀ, ਜਿਵੇਂ ਆਪਦੀ ਰਜ਼ਾ। ਰਤਨ ਸਿੰਘ ਨੇ ਬੇਨਤੀ ਕੀਤੀ। ਬਾਬਾ ਜੀ ਨੇ ਫਿਰ ਫਰਮਾਇਆ, ਜਦ ਛੇਵੇਂ ਪਾਤਸ਼ਾਹ ਗੁਰੂ ਸਰ ਠਹਿਰੇ ਸਨ ਉਦੋਂ ਇਸ ਜੰਗਲ ਵਿੱਚ ਹੀ ਸ਼ਿਕਾਰ ਖੇਡਦੇ ਸਨ ਅਤੇ ਇਸੇ ਖੂਹੀ ਦਾ ਜਲ ਵਰਤਦੇ ਸਨ, ਇਸ ਲਈ ਰਹਿਣ ਵਾਸਤੇ ਇਹ ਜਗ੍ਹਾ ਠੀਕ ਹੈ। ਰਤਨ ਸਿੰਘ ਨੇ ਸਤ ਬਚਨ ਤਾਂ ਕਹਿ ਦਿੱਤਾ ਪਰ ਮਨ ਵਿੱਚ ਸੋਚਿਆ ਕਿ 9 ਗਜੇ ਵਾਲੀ ਭਿਆਨਕ ਜਗ੍ਹਾ ਤਾਂ ਛੱਡੀ, ਪਰ ਇਹ ਵੀ ਕਿਹੜਾ ਘੱਟ ਡਰਾਉਣੀ ਹੈ, ਪਰ ਕਹੇ ਕੌਣ ਕਿ ਠੀਕ ਨਹੀਂ ਹੈ। ਸਾਰੀ ਸੰਗਤ ਨੇ ਸੱਤ ਵਜਨ ਕਿਹਾ, ਹਜ਼ੂਰ ਦੇ ਵਾਸਤੇ ਉੱਥੇ ਛੋਟਾ ਜਿਹਾ ਭੋਰਾ ਬਣਾ ਦਿੱਤਾ। ਹੁਣ ਬਾਬਾ ਜੀ ਇੱਥੇ ਰਹਿਣ ਲੱਗ ਪਏ। ਕੁਝ ਦਿਨਾਂ ਤੋਂ ਪਿੱਛੋਂ ਰੋਜ਼ ਦੀ ਤਰ੍ਹਾਂ ਹਜ਼ੂਰ ਸਮਾਧੀ ਸਥਿਤ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਬੈਠੇ ਸਨ ਕਿ ਅੰਮ੍ਰਿਤ ਵੇਲੇ 20 ਬੱਚੇ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤੇ ਘੇਰਾ ਬਣਾ ਕੇ ਬੈਠ ਗਏ। ਉਹਨਾਂ ਬੱਚਿਆਂ ਦੇ ਖੜਾਕ ਕਾਰਨ ਬਾਬਾ ਜੀ ਦੀ ਬਿਰਤੀ ਖੁੱਲ੍ਹੀ। ਨੈਣ ਖੋਲ੍ਹੇ ਤੇ ਬੱਚਿਆਂ ਵੱਲ ਤੱਕ ਕੇ ਪੁੱਛਿਆ, ਤੁਸੀਂ ਕੌਣ ਹੋ ਤੇ ਕੀ ਚਾਹੁੰਦੇ ਹੋ? ਇੱਕ ਬੱਚੇ ਨੇ ਉੱਤਰ ਵਿੱਚ ਕਿਹਾ, ਸਾਨੂੰ ਲੋਕ ਜਿੰਨ ਭੂਤ ਪ੍ਰੇਤ ਕਹਿੰਦੇ ਹਨ, ਕਈਆਂ ਸਦੀਆਂ ਤੋਂ ਇੱਥੇ ਰਹਿੰਦੇ ਹਾਂ, ਆਪ ਜੀ ਦੀ ਸੇਵਾ ਮੰਗਦੇ ਹਾਂ। ਉਹਨਾਂ ਨੇ ਬੇਨਤੀ ਕੀਤੀ, ਹੁਣ ਤੱਕ ਤੇ ਅਸੀਂ ਇੱਥੇ ਕਿਸੇ ਨੂੰ ਰਹਿਣ ਨਹੀਂ ਦਿੱਤਾ, ਪਰ ਹੁਣ ਮਾਲਕ ਅੱਗੇ ਅੜ ਵੀ ਨਹੀਂ ਸਕਦੇ, ਹੁਣ ਕਿਰਪਾ ਕਰੋ ਤੇ ਸਾਨੂੰ ਬਖਸ਼ ਦਿਓ। ਅੱਛਾ ਭਾਈ, ਹੁਣ ਤੁਸੀਂ ਇਸ ਸਥਾਨ ਨੂੰ ਛੱਡ ਦਿਓ ਤੇ ਜਿੱਥੇ ਤੁਹਾਡੀ ਮਰਜ਼ੀ ਹੈ ਚਲੇ ਜਾਓ, ਬਾਬਾ ਜੀ ਨੇ ਫਰਮਾਇਆ। ਬੱਚਿਆਂ ਨੇ ਬੇਨਤੀ ਕੀਤੀ, ਮਾੜਿਆਂ ਕਰਮਾਂ ਕਰਕੇ ਇਹ ਜੂਨੀ ਪਾਈ ਹੈ, ਸਦੀਆਂ ਹੋ ਗਈਆਂ ਹਨ, ਹੁਣ ਮਿਹਰ ਕਰੋ ਤੇ ਬਖਸ਼ ਦਿਓ। ਬਾਬਾ ਜੀ ਨੇ ਮਿਹਰ ਕੀਤੀ ਤੇ ਫਰਮਾਇਆ, ਦੋ ਤਾਂ ਤੁਸੀਂ ਇਸ ਥੇ ਤੇ ਪਹਿਰਾ ਦਿਓ। ਜਿਨ੍ਹਾਂ ਨੂੰ ਇਸ਼ਾਰਾ ਕੀਤਾ ਉਹ ਚਲੇ ਗਏ ਅਤੇ ਬਾਕੀਆਂ ਨੂੰ ਅੰਮ੍ਰਿਤ ਦਾ ਛਿੱਟਾ ਮਾਰ ਕੇ ਬਬਾਣਾ ਵਿੱਚ ਬਿਠਾ ਕੇ ਦਰਗਾਹ ਨੂੰ ਭੇਜ ਦਿੱਤਾ ਅਤੇ ਸਾਰੇ ਰਸਤੇ ਗੂੰਜ ਪੈਂਦੀ ਰਹੀ, ਗੁਰੂ ਨਾਨਕ ਤੇਰੀ ਜੈ ਹੋਵੇ। ਕੁਝ ਸਮਾਂ ਉਹਨਾਂ ਦੋ ਭੂਤਾਂ ਤੋਂ ਪਹਿਰੇ ਦੀ ਸੇਵਾ ਲੈ ਉਹਨਾਂ ਨੂੰ ਵੀ ਪ੍ਰਸੰਨਤਾ ਬਖਸ਼ ਕਲਿਆਣ ਕਰ ਦਿੱਤੀ ਅਤੇ ਆਪ ਜੀ ਦੀ ਜੈ ਜੈਕਾਰ ਕਰਦੇ ਨਿਰੰਕਾਰ ਦੇ ਚਰਨਾਂ ਵਿੱਚ ਜਾ ਪੁੱਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ। ਅਜਿਹੇ ਹੀ ਅਨੋਖੇ ਜੀਵਨ ਕੌਤਕ ਜਾਣਨ ਅਤੇ ਸੁਣਨ ਲਈ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਧੰਨ ਗੁਰੂ ਨਾਨਕ। ਵਧੇਰੇ ਜਾਣਕਾਰੀ ਲਈ ਆਈ ਬਟਨ ਵਿੱਚ ਦਿੱਤੇ ਲਿੰਕਸ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੇ ਲਿੰਕ ਦਿੱਤੇ ਗਏ ਹਨ, ਜਿਸ 'ਤੇ ਕਲਿੱਕ ਕਰਕੇ ਤੁਸੀਂ ਹੋਰ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।